ਸਭ ਤੋਂ ਘੱਟ 10 ਜਣੇ ਅਸੀਂ ਅੰਦਰ ਸੀਗੇ, ਅਚਾਨਕ ਭੱਜ ਕੇ ਥੋੜ੍ਹਾ ਜਿਹਾ ਮਗਰ ਨੂੰ ਗਏ ਹਾਂ ਅਤੇ ਸਾਰੀ ਛੱਤ ਇੱਕਦਮ ਡਿੱਗ ਗਈ ਹੈ। ਔਰ ਵਜ੍ਹਾ ਕਾਰਨ ਇਹਦਾ, ਇਹ ਰੋਡ ਦੇ ਵਿੱਚ ਜਿਹੜਾ ਖੱਡਾ ਹੈ, ਖੱਡੇ ਦੇ ਵਿੱਚ ਧਮਕ ਪੈਣ ਕਾਰਨ ਹੀ ਇਹ ਟਰੱਕ ਲੰਘਿਆ, ਧਮਕ ਪਈ ਹੈ ਅਤੇ ਇੱਕਦਮ ਛੱਤ ਡਿੱਗ ਗਈ। ਇੱਥੇ ਖੜ੍ਹਾ ਸੀ ਉੱਤੇ, ਮੇਰੀ ਛੱਤ ਡਿੱਗ ਗਈ। ਛੱਤ ਉੱਤੇ ਇੱਥੇ ਮੈਂ ਇੱਥੇ ਬਾਹਰ ਹੀ ਖੜ੍ਹਾ ਸੀ, ਦੋ ਦੋ ਛੱਤ ਡਿੱਗ ਗਈ। ਰੋਜ਼ ਦਿਹਾੜੀ ਜਿਹੜਾ ਖੱਡੇ ਨੂੰ ਕਦੇ ਵੀ ਨਹੀਂ ਭਰਿਆ ਗਿਆ ਰੋਡ, ਇਹ ਟੋਲ ਲੱਗਿਆ ਹੋਇਆ ਇਸ ਰੋਡ ਦੇ ਉੱਤੇ, ਇਸ ਵਜ੍ਹਾ ਦੇ ਕਾਰਨ ਹੀ ਇਹ ਛੱਤ ਡਿੱਗੀ ਹੈ, ਜਿਹੜਾ ਕਿ ਅੱਜ ਸਾਡਾ 10 ਲੱਖ ਦਾ ਨੁਕਸਾਨ ਹੋ ਗਿਆ। ਇਹ ਮੈਂ ਪ੍ਰਸ਼ਾਸਨ ਤੋਂ ਮੰਗ ਕਰਾਂਗਾ, ਜਿਹੜਾ ਟੂਲ ਪਲਾਜ਼ੇ ਵਾਲਿਆਂ ਨੂੰ ਸਾਡਾ ਨੁਕਸਾਨ ਜਿਹੜਾ ਹੋਇਆ ਹੈ, ਇਹਦਾ ਸਾਨੂੰ ਭਰਪਾਈ ਕਰੀ ਜਾਵੇ, ਨਹੀਂ ਅਸੀਂ ਇਹਨਾਂ 'ਤੇ ਕਾਰਵਾਈ ਹੋਰ ਵੀ ਕਰਾਂਗੇ। ਮਸਲਾ ਇਹ ਹੈ, ਕਾਫੀ ਦੇਰ ਤੋਂ ਅਸੀਂ ਲੰਬੇ ਸਮੇਂ ਤੋਂ ਇੱਥੇ ਸੇਲ ਪਰਚੇਜ ਦਾ ਕੰਮ ਕਰ ਰਹੇ ਹਾਂ ਕਾਰਾਂ ਦਾ, ਅੱਜ ਅਚਾਨਕ ਹੀ ਆ 15 ਮਿੰਟ ਪਹਿਲਾਂ ਹੀ ਵੀ ਯਕਦਮ ਜਿਹੜੀ ਸਾਰੇ ਛੱਤ ਡਿੱਗੀ ਹੈ। ਛੱਤ ਡਿੱਗਣ ਤੱਕ ਇੰਨੀ ਵੀ ਕਮਜ਼ੋਰ ਨਹੀਂ ਸੀ ਛੱਤ ਕਿ ਯਕਦਮ ਡਿੱਗ ਜਾਂਦੀ, ਪਰ ਲੇਕਿਨ ਇਹਦਾ ਵਜ੍ਹਾ ਜਿਹੜੀ ਕਾਰਨ ਆ, ਸਾਨੂੰ ਰੋਜ਼ ਦਿਹਾੜੀ ਅਸੀਂ ਇੱਥੋਂ ਹਾਈਵੇ ਜਿਹੜਾ ਰੋਡ ਹੈ, ਇੱਥੋਂ ਜਿਹੜੇ ਹੈਵੀ ਵਹੀਕਲ ਲੰਘਦੇ ਨੇ, ਆਹ ਖੱਡਾ ਸਾਹਮਣੇ ਸੜਕ ਦੇ ਵਿੱਚ, ਜਦੋਂ ਖੱਡੇ ਦੇ ਵਿੱਚ ਟਰੱਕ ਵੱਡੇ ਲੰਘਦੇ ਵੱਜਦੇ ਨੇ, ਧਮਕ ਇੰਨੀ ਕੁ ਪੈਂਦੀ ਹੈ ਕਿ ਬੰਦਾ ਬੈਠਾ ਕੁਰਸੀ ਤੋਂ ਹਿੱਲ ਜਾਂਦਾ ਹੈ। ਪਰ ਲੇਕਿਨ ਆਹ ਰੋਜ਼ ਦਿਹਾੜੀ ਜਿਹੜਾ ਖੱਡੇ ਨੂੰ ਕਦੇ ਵੀ ਨਹੀਂ ਭਰਿਆ ਗਿਆ ਰੋਡ, ਇਹ ਟੋਲ ਲੱਗਿਆ ਹੋਇਆ ਇਸ ਰੋਡ ਦੇ ਉੱਤੇ, ਇਸ ਵਜ੍ਹਾ ਦੇ ਕਾਰਨ ਹੀ ਇਹ ਛੱਤ ਡਿੱਗੀ ਹੈ, ਜਿਹੜਾ ਕਿ ਅੱਜ ਸਾਡਾ 10 ਲੱਖ ਦਾ ਨੁਕਸਾਨ ਹੋ ਗਿਆ। ਇਹ ਮੈਂ ਪ੍ਰਸ਼ਾਸਨ ਤੋਂ ਮੰਗ ਕਰਾਂਗਾ, ਜਿਹੜਾ ਟੂਲ ਪਲਾਜ਼ੇ ਵਾਲਿਆਂ ਨੂੰ ਸਾਡਾ ਨੁਕਸਾਨ ਜਿਹੜਾ ਹੋਇਆ ਹੈ, ਇਹਦਾ ਸਾਨੂੰ ਭਰਪਾਈ ਕਰੀ ਜਾਵੇ, ਨਹੀਂ ਅਸੀਂ ਇਹਨਾਂ 'ਤੇ ਕਾਰਵਾਈ ਹੋਰ ਵੀ ਕਰਾਂਗੇ। ਇਹ ਕੋਈ ਵੀ ਨੁਕਸਾਨ ਹੋ ਸਕਦਾ, ਕਿਸੇ ਜਾਲੀ ਮਾਲੀ ਦਾ ਨੁਕਸਾਨ ਨਹੀਂ ਹੋਇਆ, ਪਰ ਲੇਕਿਨ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਸ ਕਾਰਨ। ਅਤੇ ਜਦੋਂ ਛੱਤ ਡਿੱਗੀ ਹੈ, ਮੁਲਾਜ਼ਮ ਵੀ ਕਹਿੰਦੇ ਅੰਦਰ ਸੀ ਕੋਈ? ਮੁਲਾਜ਼ਮ ਸਾਰੇ, ਸਭ ਤੋਂ ਘੱਟ 10 ਜਣੇ ਅਸੀਂ ਅੰਦਰ ਸੀਗੇ, ਅਚਾਨਕ ਭੱਜ ਕੇ ਥੋੜ੍ਹਾ ਜਿਹਾ ਮਗਰ ਨੂੰ ਗਏ ਹਾਂ ਅਤੇ ਸਾਰੀ ਛੱਤ ਇੱਕਦਮ ਡਿੱਗ ਗਈ ਹੈ। ਔਰ ਵਜ੍ਹਾ ਕਾਰਨ ਇਹਦਾ, ਇਹ ਰੋਡ ਦੇ ਵਿੱਚ ਜਿਹੜਾ ਖੱਡਾ ਹੈ, ਖੱਡੇ ਦੇ ਵਿੱਚ ਧਮਕ ਪੈਣ ਕਾਰਨ ਹੀ ਟਰੱਕ ਲੰਘਿਆ, ਧਮਕ ਪਈ ਹੈ ਅਤੇ ਇੱਕਦਮ ਛੱਤ ਡਿੱਗ ਗਈ। ਇੱਥੇ ਖੜ੍ਹਾ ਸੀ ਉੱਤੇ, ਮੇਰੀ ਛੱਤ ਡਿੱਗ ਗਈ। ਛੱਤ ਉੱਤੇ ਇੱਥੇ ਮੈਂ ਇੱਥੇ ਬਾਹਰ ਹੀ ਖੜ੍ਹਾ ਸੀ, ਦੋ ਛੱਤ ਡਿੱਗ ਗਈ। ਅੱਛਾ, ਤੁਸੀਂ ਹੈਂਡੀਕੈਪਟ ਹੋ? ਹਾਂਜੀ ਹਾਂਜੀ। ਅਤੇ ਕਿੰਨਾ ਕੁ ਨੁਕਸਾਨ, ਕਿੰਨੀਆਂ ਕਾਰਾਂ ਸੀ? ਚਾਰ ਪੰਜ ਗੱਡੀਆਂ ਖੜੀਆਂ ਸਾਰੀਆਂ। ਅਤੇ ਹੁਣ ਕਿੰਨੀਆਂ, ਹੁਣ ਕਿੰਨੀਆਂ ਥੱਲੇ ਆਈਆਂ? ਹਾਂਜੀ, ਥੱਲੇ ਕਿੰਨੀਆਂ ਆਈਆਂ? ਇਹਦੇ ਤਿੰਨ ਆਈਆਂ, ਤਿੰਨ ਚਾਰ ਆਈਆਂ। ਠੀਕ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ, ਮੁਫ਼ਤ ਸਮਾਧਾਨ।